السلام علیکم دوستو، کیا حال چال ہے؟ ٹھیک ٹھاک خیر خریے تو امید کرنا ان شاء اللہ ٹھیک دوستو سارے تو سارا پیج تے ودے ہو اپنی وسوں تے میں دے پیو دے کروں تے میں اگر کرو پانو تھوڑا جی ماحول دکھا دے سوں تے نال نال ہیں چھکی میں موٹر سائیکل پیچھے لوڈر آ گئی ملدے ہیں وقت کلپ کلپ نال جنڈو ہیڈ تے پہنچایا اللہ دے حکم نال تے تھل کنال نہر دا نام ہے، پر اس سائڈ تے چھوٹی نہر نکلدی پئی ہے تے یہ نظارہ دیکھ سو اس سائڈ تے چھوٹی تھوڑی وڈی نہر نکلدی پئی ہے کھیتاں شیتاں کو پانی لاون واسطے واہی وے با جی نشان یہ جی بالی ہیڈ سوری جنڈو ہیڈ اس تو اگو جڑا ہیڈ آتا ہے وہ بالی ہیڈ ہے نا ڈوڈی ہیڈ ہے ڈوڈی ہیڈ کے بعد اگو بالی ہیڈ اگا بعد پتہ نہیں کتنے ہیڈ آتے ہیں دوستو یہ سائڈ دکھا گیا نہیں آ گیا جی فرید آباد تو فرید آباد شروع ہونا بھی ہے تاکہ تھوڑا واسا پورا وزٹ کرا سو فرید آباد کا گورنمنٹ ٹائپ اسٹاک فارم ہے یہ بالٹی کا نام کی موسم ہے کہڑا لگا پی سوکھا ہی نام فروٹی نو نسل آئی نہیں یار ایک بیا لگا یار چلو یہ دیکھنے والے ڈیزائن بھی کہڑا مالٹ ہے نہیں یار بیا نہ یہ نواں مالٹا لگا پی جی پتہ نسل کا سامنے نہیں پتا جگہ کا فروٹ اور موسمی دے ہر چیز فری کا باغ کا جی نظارہ ہے Thank you.
ਅਸਾਂ ਦੋਸਤੋ ਪਹੁੰਚ ਗਏ ਹਾਂ ਖਲੂਰ ਫਰੀਦਾਬਾਦ ਨੂੰ। ਇਹ ਹੁਣੀ ਕ੍ਰਾਸ ਕਰਕੇ ਅਤੇ ਬਾਅਦ ਵੀਡੀਓ ਸ਼ੁਰੂ ਕੀਤੀ ਹੈ। ਸ਼ਹਿਰ ਸ਼ਾਰਟ ਮਾਰ ਰਸਤਾ ਕੱਢਾ ਲਈ ਆਪਣੇ ਇਲਾਕੇ ਦੇ ਵਧੀਆ ਜੀ। ਦੋਸਤੋ ਅਸਾਂ ਪਹੁੰਚ ਗਏ ਹਾਂ ਕਲੂਰਕੋਟ ਵੱਖਰ ਰੋਡ ਹੈ। ਸਕੂਲਾਂ ਦੀਆਂ ਛੁੱਟੀਆਂ ਦੇ ਗਈਆਂ, ਕਾਲਜਾਂ ਵਗੈਰਾ ਨਹੀਂ ਆ, ਰਸ਼ ਬੜਾ ਹੈ। ਚੱਲ ਕਿਸ ਵੇਲਾ ਪੜ੍ਹ ਕੇ ਪਹੁੰਚਣਾ ਡੇ ਮੁਕਾ ਛੋੜਿਆ, ਮਸ਼ੀਨ ਸਾਰੀ ਠੀਕ ਹੋ ਗਈ ਹੈ ਅਤੇ ਨਿੱਕਾ ਜਿਹਾ ਵੀ ਆ ਕੰਮ ਕਰਨਾ ਹੀ ਉਹ ਰਹਿ ਗਈ ਹੈ ਬਾਤ ਅਸਾਂ ਹੈ। ਅਤੇ ਹੁਣ ਕਲੂਰੋਂ ਨਿਕਲੇ ਮੈਨੇ ਹੈ ਅਤੇ ਅੱਲਾ ਖੈਰ ਕਰੇ ਸਭ ਕੋਈ ਰਾਸਤੇ ਅਤੇ ਵਧੀਆ ਮਾਹੌਲ ਆਏ ਸਭ ਦੇਖਿਆ ਤੂੰ ਮਹਿਰਾਨ ਆਏ ਮਹਿਰਾਨ ਆ ਮੈਂ। ਇਹ ਜੀ ਸਰਕਾਰੀ ਹਸਪਤਾਲ ਦੋਸਤੋ, ਜੁਮੇ ਦਾ ਟਾਈਮ ਠੀਕ ਹੀ ਹੈ, ਟ੍ਰੇਨ ਨਹੀਂ ਆਉਂਦੀ ਪਈ ਹੈ। ਕਿਤਨੀ ਹੈ ਮੇਰਾ ਮੌਸਮ ਉਹ ਅੱਜੇ ਮਿੱਥੋਂ ਮੈਂ ਕਿਉਂ ਨਾ ਮਿਲਸਾਂ। ਭੁੱਲ ਗਏ ਭਾਈ ਵਾਮ ਡੱਕੀ ਘੜੀ ਆਈ ਕਾਟ ਕਾਟ ਕੇ ਜਾਓ ਕਾਟ ਵਜਣ ਡੇ ਹੀਨੋ ਗੱਡੀ ਤੋਂ ਬਚਾ ਕੇ ਵਜਣ ਡੇ ਹੀਨੋ ਤਾਂ ਕੰਮ ਕੀ ਹੀਨੋ ਤਾਂ ਕੰਮ ਖਰਾਬ ਕੀਤੀ ਖੜੀ ਹੈ ਖਰਾਬ ਨਹੀਂ ਕੀਤੀ ਖੜੀ ਤਾਂ ਘੜੀ ਟਾਪ ਆ ਪਰਲੇ ਟਾਪ ਪਾਣੀ ਦਾ ਖੜੇ ਆ ਵੀਡੀਓ ਦੇ ਚੱਕਰ ਖੜ ਗਏ ਆ ਨਾ ਤੁਸੀਂ ਟੱਪਾਂ ਡੇ ਹੁਣ ਕਰਮ ਵਾਲਿਆਂ ਨੂੰ। ਆਓ ਜਨਾਬ, ਇਹ ਲੱਗੇ ਭੈਣ ਜੀ ਕਾਲੇ ਚਣੇ ਛੋਲੇ ਅਤੇ ਇਹ ਜੀ ਏਰੀਆ ਉਮਰ ਵਾਲੀ ਵਾਲੀ ਲੈਨ ਕਰਾਸ ਕਰਕੇ ਤੇ ਅਸਾਂ ਹੁਣ ਚੜ੍ਹਦੇ ਪਏ ਹਾਂ ਜੀ ਚਾਣਾ ਵਾਲਾ ਕਾਰਪੇਟ ਰੋਡ ਜੀ। ਸਾਰੇ ਆਸ ਪਾਸ ਸਾਨੂੰ ਚਣੇ ਨਜ਼ਰ ਆਉਂਦੇ
ਕੁੱਤੇ ਵੀ ਚਣੇ ਨਜ਼ਰ ਆ ਸਕਦੇ। ਚਣੇ ਇਹ ਤਾਂ ਇੱਕ ਨਿੱਕੀ ਜਿਹੀ ਝਲਕੀ ਹੈ, ਬਾਕੀ ਇਹਨੂੰ ਆਦਨ ਥਲ।